छप्पड़ विच रहन नूं मजबूर इस परिवार ने लगाई मदद दी गुहार। देखो मौके दीआं तस्वीरां अते करो इस परिवार दी मदद। हाँ जी माता जी, की नाम जी? चरण कौर वीर। केड़ा पिंड है जी? राणी बलाइर। आ माता जी, जेड़ा तुहाडे घर च पानी वड़िया, की मसला सर है? ये वीर जी, सारे पिंड का छप्पड़ आ, सारे पिंड का पानी आ। साडा घर आ छप्पड़ ते, जदों मीह पैंदा वा सारा पानी साडे घर जाण वड़दा वा। मीह दे नाल इक्को साडा कमरा वा, नाले चौण डिया वा, टीलां डिगियां वा। असीं रात नूं दिने कम करके इत्थे रहिंदे आ, रात नूं किसे दे घर सौण जांदे बच्चे लै के। किन्ना समां हो गया तुहानूं रहिंदे नूं? 10 साल हो गए भाजी सानूं इत्थे रहिंदे आ। ਹੁਣ ਤੱਕ ਤੁਸੀਂ ਕਿਸੇ ਪਿੰਡ ਦੇ ਮੋਹਤਵਾਰ ਬੰਦੇ ਨੂੰ, ਸਰਪੰਚ ਜਾਂ ਮੈਂਬਰ ਕਿਸੇ ਨੂੰ ਮਿਲੇ ਹੁਣ ਤੱਕ? ਵੀਰ ਬੜਾ ਅਸੀਂ ਤੇਰੇ ਫਾਰਮ ਭਰ ਭਰ ਦਿੱਤੇ ਆ, ਆਉਂਦੇ ਵੀ ਰਹੇ ਲਿਖਣ, ਕਿਸੇ ਨੇ ਨਹੀਂ ਸੁਣੀ, ਨਾ ਕਿ ਸਰਪੰਚ, ਨਾ ਕਿ ਮੈਂਬਰ, ਨਾ ਕਿ ਐਮਐਲ, ਅਤੇ ਅਜੇ ਤੱਕ ਕਿਸੇ ਨੇ ਨਹੀਂ ਸਾਡੀ ਸੁਣੀ। ਨਾ ਕੋਈ ਬਾਥਰੂਮ ਵੇਖ ਲਓ ਬਣੀ ਆ, ਨਾ ਕੋਈ ਸਾਡਾ ਕਮਰਾ ਬਣਿਆ ਵਾ, ਨਾ ਕੋਈ ਸਾਡਾ ਕੰਧ, ਨਾ ਕੌਲਾ। ਸਮਾਜ ਸੇਵੀਆਂ ਕੋਲੋਂ ਕੀ ਮੰਗ ਕਰਦੇ ਜੀ? ਇਹ ਵੀਰ ਮੰਗਦੇ ਹਾਂ ਵੀ ਅਸੀਂ ਨਿਗਾ ਨਿਗਾ ਜੀ ਏਜੰਟ ਆ, ਬੱਚਾ ਇਕੱਲਾ ਕਮਾਉਣ ਵਾਲਾ, ਉਹਦੀ ਦਿਹਾੜੀ ਦਾ ਪਕੋ ਲੱਭਦਾ ਨਹੀਂ, ਸਾਥੋਂ ਕੋਠਾ ਮਠਲਾ ਪੈਂਦਾ ਨਹੀਂ, ਸਾਡੇ ਕੋਲ ਬਾਥਰੂਮ ਨਹੀਂ ਬਣੀ, ਬਾਹਰ ਕਿਤੇ ਥਾਂ ਨਹੀਂ ਹੈਗਾ ਜਾਣਾ ਉਹਨੂੰ, ਅਸੀਂ ਕਿੱਧਰ ਜਾਈਏ? ਹਲਕੇ ਦੇ ਐਮਐਲਏ ਨੂੰ ਕੀ ਕਹਿਣਾ ਚਾਹੁੰਦੇ ਜੀ? ਉਹ ਆਉਂਦੇ ਆ ਵੀ ਉਹ ਸਾਡੀ ਗਰੀਬਾਂ ਦੀ ਸੁਣੇ, ਸਾਨੂੰ ਕੋਈ ਕਮਰਾ ਪਾ ਦੇਵੇ, ਬਾਥਰੂਮ ਬਣਾ ਦੇਵੇ, ਬਹੁਤ ਸਾਨੂੰ ਖਿਆਈ ਹੈ। ਹਾਂਜੀ, ਕੀ ਨਾਮ ਵੀਰ ਜੀ? ਸੁਚੈਨ ਸਿੰਘ ਆ ਜੀ। ਕਿਹੜਾ ਪਿੰਡ ਹੈ ਜੀ? ਰਾਣੀ ਦਾ ਜੀ। ਆਹ ਜਿਹੜਾ ਪਾਣੀ ਦਾ ਤੁਹਾਡੇ ਮਸਲਾ ਵਾ, ਕੀ ਸਾਰਾ ਮਸਲਾ ਹੈ? ਇਹ ਦੇਖੋ ਜੀ ਵੀਰ, ਇੱਧਰੋਂ ਵੀ ਛੱਪੜ ਦੇ ਕੰਢੇ ਦੇ ਘਰ ਆ ਜੀ, ਇੱਧਰੋਂ ਮੀਂਹ ਪੈਂਦਾ ਤਾਂ ਸਾਰਾ ਪਾਣੀ ਸਾਡੇ ਅੰਦਰ ਆ ਵੜਦਾ ਜੀ। ਦੋ ਬੰਨੇ ਛੱਪੜ ਆ, ਬਹੁਤ ਜ਼ਿਆਦਾ ਤੰਗੀ ਆ ਜੀ, ਅਤੇ ਬਹੁਤ ਜ਼ਿਆਦਾ ਇੱਥੇ ਆਉਂਦੇ ਆ, ਵੋਟਾਂ ਲੈਣ ਵੀ ਆਉਂਦੇ ਆ, ਅਤੇ ਕੋਈ ਮੁੜ ਕੇ ਸੁਣਦਾ ਨਹੀਂ, ਉਦੋਂ ਵੋਟਾਂ ਦੇ ਪਾਓ ਬਹੁਤ ਤੁਹਾਡਾ ਸਵਾਰਿਆ ਜਾਊਗਾ ਕੰਮ, ਅਤੇ ਮੁੜ ਕੇ ਕੋਈ ਨਹੀਂ ਹਟਿਆ, ਕੋਈ ਬਾਂਹ ਫੜਦਾ ਨਾ ਕੋਈ ਸੁਣਦਾ ਹੀ ਆ ਜੀ। ਕਿੰਨਾ ਸਮਾਂ ਹੈਗਾ ਤੁਹਾਨੂੰ ਉੱਥੇ ਰਹਿੰਦੇ ਨੂੰ? ਤਕਰੀਬਨ 10 ਸਾਲ ਹੋ ਗਿਆ ਜੀ। ਪਰਿਵਾਰ 'ਚ ਕਿੰਨੇ ਜੀ ਆ ਟੋਟਲ? ਇਹ ਹੈਗੇ ਆ 5 ਜੀ ਹੈਗੇ ਆ ਜੀ, ਕੋਈ ਕੰਮ ਨਹੀਂ ਮਿਲਦਾ, ਕੋਈ ਦਿਹਾੜੀ ਨਹੀਂ ਮਿਲਦੀ, ਕੋਈ ਗੁਜ਼ਾਰਾ ਨਹੀਂ ਹੁੰਦਾ। ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ ਤੁਹਾਡੇ ਇਸ ਘਰ ਦਾ? ਇੱਦਾਂ ਹੀ ਮਹਾਰਾਜ ਜੀ, ਕੋਈ ਦਿਹਾੜੀ ਦਾ ਥੋੜ੍ਹਾ ਬਹੁਤਾ ਲੱਭ ਜਾਂਦਾ ਤਾਂ ਗੁਜ਼ਾਰਾ ਕਰ ਲਈਦਾ, ਬਹੁਤ ਹੀ ਤੰਗੀ ਹੈ, ਬਹੁਤ ਜ਼ਿਆਦਾ ਜੀ। ਇਹ ਸੰਬੰਧੀ ਕਦੀ ਪ੍ਰਸ਼ਾਸਨ ਨੂੰ ਜਾਂ ਪਿੰਡ ਦੀ ਪੰਚਾਇਤ ਨੂੰ ਕੋਈ ਕਾਗਜ਼ ਵਗੈਰਾ ਲਿਖ ਦਿੱਤੇ ਵੀ ਸਾਨੂੰ ਕੋਠਾ ਪਾ ਕੇ ਦਿਓ? ਦਿੱਤੇ, ਬਹੁਤ ਜ਼ਿਆਦਾ ਦਿੱਤੇ ਆ ਜੀ, ਕਿਸੇ ਨੇ ਨਹੀਂ ਸਾਡੀ ਬਾਂਹ ਫੜੀ, ਨਾ ਕੋਈ ਸੁਣਿਆ ਹੀ ਹੈ ਜੀ। ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਕੇਵਲ ਸਿੰਘ ਚੋਹਲਾ ਨੇ ਤੁਹਾਡੇ ਘਰ ਦੀ ਇੱਕ ਵੀਡੀਓ ਵਾਇਰਲ ਕੀਤੀ ਸੀ, ਸਰਕਾਰ ਬਣਨ ਤੋਂ ਬਾਅਦ ਤੁਹਾਡੇ ਕੋਲ ਕਦੀ ਕੋਈ ਐਮਐਲਏ ਜਾਂ ਕੋਈ ਬੰਦਾ ਆ ਕੇ ਪੁੱਛਿਆ? ਕੋਈ ਬੰਦਾ ਨਹੀਂ ਆਇਆ, ਕੋਈ ਨਹੀਂ ਆਇਆ ਜੀ, ਇੱਥੇ ਕਿਸੇ ਆ ਕੇ ਸੁਣਿਆ ਨਹੀਂ ਆ, ਕੋਈ ਪੁੱਛਿਆ ਨਹੀਂ ਸਾਨੂੰ ਵੀ ਤੂੰ ਕਿਤਰਾ ਰਹਿੰਦਾ ਵਾ, ਕੀ ਤੇਰਾ ਹਿਸਾਬ ਦਾ ਵਾ, ਕਿਸੇ ਨੇ ਨਹੀਂ ਆ ਕੇ ਪੁੱਛਿਆ ਜੀ। ਕੀ ਮੰਗ ਕਰਦੇ ਜੀ? ਮੰਗ ਇਹੋ ਹੀ ਆ ਜੀ, ਕੋਈ ਨਾ ਕੋਈ ਸਾਡਾ ਸੌਣਾ ਚਾਹੀਦਾ, ਕੋਈ ਨਾ ਕੋਈ ਸਵਾਰਨਾ ਚਾਹੀਦਾ, ਸਰਕਾਰ ਨੂੰ ਕਰਨਾ ਚਾਹੀਦਾ ਵਾ, ਥੋੜ੍ਹਾ ਬਹੁਤਾ ਬਾਥਰੂਮ, ਕੋਈ ਲੈਟਰਿੰਗ, ਕੋਈ ਕੋਠਾ ਮਿਲਣਾ ਚਾਹੀਦਾ। ਸਮਾਜ ਸੇਵੀਆਂ ਕੋਲੋਂ ਜਿਹੜੇ ਦਾਨੀ ਸੱਜੇ, ਉਹਨਾਂ ਨੂੰ ਕੀ ਮੰਗ ਕਰਦੇ ਜੀ? ਜੀ ਜੀ, ਕੋਈ ਨਾ ਕੋਈ ਸਾਡਾ ਸਵਾਰਨਾ ਚਾਹੀਦਾ ਵਾ ਜੀ, ਮਿੱਟੀ ਘੱਟਾ ਹੀ ਪੈ ਜੇ, ਬਹੁਤ ਜ਼ਿਆਦਾ ਤੰਗੀ ਆ। ਨੰਬਰ ਸਾਡਾ 97814-8-9-61 ਆ ਜੀ, 97814-8-9-61। ਹਲਕੇ ਦੇ ਐਮਐਲਏ ਨੂੰ ਕਹਿਣਾ ਚਾਹੁੰਦੇ? ਉਹਨਾਂ ਨੂੰ ਵੀ ਕਹਿੰਦੇ ਆ ਵੀ ਹੱਥ ਜੋੜ ਕੇ ਬੇਨਤੀ ਆ, ਕੋਈ ਨਾ ਕੋਈ ਸਾਡੀ ਸੌਣਾ ਚਾਹੀਦਾ ਵੀ, ਕਮਰਾ ਕੁਮਰਾ ਹੀ ਪੈ ਜੇ, ਮਿੱਟੀ ਘੱਟਾ ਹੀ ਪੈ ਜੇ, ਚੱਲ ਬਾਥਰੂਮ ਲੈਟਰਿੰਗ ਬਣ ਜੇ, ਇੰਨੀ ਬੜੀ ਤੰਗੀ ਆ। ਹਾਂਜੀ, ਕੀ ਨਾਮ ਜੀ? ਪਰਮਜੀਤ ਸਿੰਘ ਆ ਜੀ। ਕਿਹੜਾ ਪਿੰਡ ਹੈ? ਰਾਣੀ ਵਿਲਾਈਆ ਪਿੰਡ ਆ ਜੀ। ਆ ਤੁਹਾਡੇ ਗਵਾਂਢੀਆਂ ਦੇ ਜਿਹੜੇ ਹਾਲਾਤ ਕੀ ਆ, ਕੀ ਕਹਿਣਾ ਚਾਹੁੰਦੇ? ਹਾਲਾਤ ਭਾਈ ਬਹੁਤ ਮਾੜਾ ਹਾਲਾਤ ਆ ਭਾਈ, ਆ ਵੇਖੋ ਕਿੰਨਾ ਰਸਤਾ ਮਾੜਾ ਵਾ, ਪਾਣੀ ਚੜਿਆ ਵਾ, ਕੋਠਾ ਚੋਣ ਡਿਆ ਵਾ ਭਾਈ, ਨੰਗਿਆ ਚੁੱਕ ਕੇ ਬੱਚਿਆਂ ਨੂੰ ਸਕੂਲ ਛੱਡ ਕੇ ਆਉਂਦੇ ਆ, ਚੁੱਕ ਕੇ ਲੈ ਕੇ ਆਉਂਦੇ ਆ, ਅਤੇ ਗਰੀਬ ਆਦਮੀ ਭਾਈ, ਕੋਈ ਕੰਮ ਕਾਰ ਹੈ ਨਹੀਂ ਗਾ, ਕੋਈ ਕਿਤੇ ਕੋਈ ਇਹ ਨਹੀਂ ਪ੍ਰਾਈਵੇਟ ਨੌਕਰੀ ਕੋਈ ਮਿਲ ਜੇ, ਕੋਈ ਕੰਮ ਮਿਲ ਜੇ ਭਾਈ, ਉਹ ਦਿਹਾੜੀ ਦਾ ਪਜਾ ਆਉਂਦਾ, ਕਦੀ ਲੱਗ ਗਈ ਕਦੀ ਨਾ ਲੱਗ ਗਈ, 4-5 ਜੀ ਘਰ ਰੋਟੀ ਖਾਣ ਵਾਲੇ ਆ, ਟਾਈਮ ਪਾਸ ਹੁੰਦਾ ਨਹੀਂ ਵਾ ਬਾਈ, ਅਤੇ ਉਹ ਵੇਖੋ ਇਕੱਲਾ ਕੋਠਾ ਵਾ, ਚਿੱਕੜ ਦੇ ਵਿੱਚ ਵੇਖੋ 4 ਚੁਫੇਰੇ ਪਾਣੀ ਆ, ਲੰਘਿਆ ਨਹੀਂ ਜਾਂਦਾ ਮਹਾਰਾਜ, ਅਤੇ ਚਲੋ ਅਸੀਂ ਇਹਦੇ ਗੁਆਂਢ ਵਾਸਤੇ ਅਸੀਂ ਚੋ ਵੀ ਦਿਆ ਕਰਦੇ ਹਾਂ, ਮਾੜਾ ਮੋੜ ਜੋ ਹੱਟ ਤੋਂ ਹੁੰਦਾ, ਪਰ ਮੈਂ ਅਸੀਂ ਹੱਥ ਜੋੜਦੇ ਹਾਂ ਵੀ ਸਾਰਾ ਸੁਣੋ ਗਰੀਬ ਦੀ, ਦਿਓ ਕੋਈ ਨਾ ਕੋਈ ਮਦਦ ਵਿਚਾਰਿਆਂ ਨੂੰ, ਵਿਚਾਰਾ ਮਾਤੜ ਬੰਦਾ, ਚੱਲ ਕੋਈ ਕੋਠਾ ਮਸਲਾ ਪੈ ਜਾਵੇ, ਕੋਈ ਲੈਟਰਿੰਗ ਬਾਥਰੂਮ ਬਣ ਜਾਵੇ, ਪੈਲੀ 'ਚ ਤਾਂ ਕੋਈ ਜਾਣ ਨਹੀਂ ਦਿੰਦਾ ਮਾਤੜਾਂ ਨੂੰ, ਅਤੇ ਲੈਟਰਿੰਗ ਬਾਥਰੂਮ ਦੀ ਬਹੁਤ ਜ਼ਿਆਦਾ ਤੰਗੀ ਆ, ਅਤੇ ਕਿਤੇ ਮਹਾਰਾਜ ਕਿਤੇ ਕਰੋ ਕਿਰਪਾ, ਕਿਤੇ ਅਤੇ ਵਿਚਾਰੇ ਨੂੰ ਥੋੜ੍ਹੀ ਬਾਹਲੀ ਮਦਦ ਦਿਓ, ਕੋ ਅਸੀਂ ਪਿੰਡ ਦਾ ਦੇਵਾਂਗੇ ਸਹਿਯੋਗ, ਅਤੇ ਕਰਾਂਗੇ ਹੱਥ ਮਰਥੀ ਮਟਾਵਾਂਗੇ, ਅਤੇ ਦਿਓ ਤੁਸੀਂ ਵੀ ਮਹਾਰਾਜ, ਜੋ ਕੋਈ ਬਣਦਾ ਗਰੀਬ ਬੰਦਾ ਵਾ, ਅਤੇ ਕੋਈ ਕਮਰਾ ਕੁਮਰਾ ਪੈ ਜਾਊ, ਕੋਈ ਲੈਟਰਿੰਗ ਬਾਥਰੂਮ ਬਣ ਜਾਊ, ਅਤੇ ਬਹੁਤ ਮਹਾਰਾਜ ਧੰਨਵਾਦ ਆ।